ਦੋਸਤੋ, ਪੰਜਾਬ ਬੇਲਦਾਰ ਭਰਤੀ 2023 ਲਈ ਫੁੱਲ ਨੋਟੀਫਿਕੇਸ਼ਨ ਆਊਟ ਹੋ ਚੁੱਕਾ ਜੀ। ਐਪਲੀਕੇਸ਼ਨ ਫਾਰਮ, ਉਮਰ ਹੱਦ, ਸੈਲਰੀ, ਅਪਲਾਈ ਤੁਸੀਂ ਕਿਵੇਂ ਕਰਨਾ, ਸਾਰੀ ਜਾਣਕਾਰੀ ਡਿਟੇਲ 'ਚ ਦਿਆਂਗਾ। ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਦੋਸਤੋ, ਜੇਕਰ ਤੁਸੀਂ ਮੇਰੇ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ। ਦੋਸਤੋ, ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਚਲੋ ਦੋਸਤੋ, ਵੀਡੀਓ ਸ਼ੁਰੂ ਕਰਦੇ ਹਾਂ। ਦੋਸਤੋ, ਬਿਲਕੁਲ ਰੈਗੂਲਰ ਭਰਤੀ ਹੈ ਜੀ। ਜੇਕਰ ਤੁਸੀਂ 8ਵੀਂ ਪਾਸ ਕੀਤੀ ਜਾਂ 10ਵੀਂ ਪਾਸ ਕੀਤੀ ਆ ਤਾਂ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਜੀ। ਇਹਨਾਂ ਪੋਸਟਾਂ ਲਈ ਮੇਲ ਅਤੇ ਫੀਮੇਲ ਕੈਂਡੀਡੇਟਸ ਅਪਲਾਈ ਕਰ ਸਕਦੇ ਨੇ ਜੀ। ਜੋ ਫੀਮੇਲ ਕੈਂਡੀਡੇਟਸ ਨੇ ਜੀ ਉਹਨਾਂ ਵਾਸਤੇ ਵੱਖ ਤੋਂ ਪੋਸਟਾਂ ਅਨਾਊਂਸਮੈਂਟ ਕੀਤੀਆਂ ਗਈਆਂ ਨੇ ਜੀ। ਚਲੋ ਦੋਸਤੋ, ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ। ਦੋਸਤੋ, ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ। ਨਗਰ ਨਿਗਮ ਮੋਗਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ। ਪੋਸਟਾਂ ਨੇ ਜੀ ਬੇਲਦਾਰ ਦੀਆਂ ਜੋ ਰੈਗੂਲਰ ਬੇਸ 'ਤੇ ਅਨਾਊਂਸਮੈਂਟ ਕੀਤੀਆਂ ਗਈਆਂ ਨੇ ਜੀ। ਅਪਲਾਈ ਕਰਨ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ। ਐਪਲੀਕੇਸ਼ਨ ਫਾਰਮ ਦਾ ਲਿੰਕ ਪਲੱਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਦੇਵਾਂਗਾ। ਉੱਥੋਂ ਡਾਇਰੈਕਟ ਤੁਸੀਂ ਡਾਊਨਲੋਡ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ। ਪੜ੍ਹਨ ਤੋਂ ਬਾਅਦ ਤੁਸੀਂ ਅਪਲਾਈ ਕਰ ਲੈਣਾ ਜੀ। ਸਭ ਤੋਂ ਪਹਿਲਾਂ ਤੁਸੀਂ ਇੱਥੇ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਲਗਾ ਲੈਣੀਆਂ ਜੀ। ਉਸ ਤੋਂ ਬਾਅਦ ਸੀਰੀਅਲ ਨੰਬਰ 1, ਪਤੀ ਜਾਂ ਪਿਤਾ ਦਾ ਨਾਮ। ਨੰਬਰ 2 ਜੀ, ਜਨਮ ਮਿਤੀ। ਇੱਥੇ ਦੇ ਨਾਲ ਸਬੂਤ ਨੱਥੀ ਕਰਨਾ ਹੋਵੇਗਾ ਜੀ। ਨੰਬਰ 3 ਜੀ, ਉਮਰ। ਇਹਦਾ ਵੀ ਸਬੂਤ ਤੁਹਾਨੂੰ ਲਾਉਣਾ ਹੋਵੇਗਾ ਜੀ। ਨੰਬਰ 4 ਜੀ, ਜਨਮ ਦਾ ਸਥਾਨ। ਜਨਮ ਦਾ ਸਥਾਨ ਤੁਸੀਂ ਮੈਨਸ਼ਨ ਕਰਨਾ ਹੋਵੇਗਾ। ਘਰ ਦਾ ਪੱਕਾ ਪਤਾ, ਪਰਮਾਨੈਂਟ ਐਡਰੈਸ, ਜੇਕਰ ਤੁਹਾਡਾ ਕੋਈ ਟੈਂਪਰੇਰੀ ਐਡਰੈਸ ਹੈ ਉਹ ਵੀ ਤੁਸੀਂ ਇੱਥੇ ਮੈਨਸ਼ਨ ਕਰ ਸਕੋਗੇ। ਨੈਕਸਟ ਹੈ ਜੀ ਆਪਣਾ ਮੋਬਾਈਲ ਨੰਬਰ। ਨੈਕਸਟ ਹੈ ਜੀ ਕੈਟਾਗਰੀ, ਉਹਦਾ ਵੀ ਡਾਕੂਮੈਂਟ ਤੁਹਾਨੂੰ ਨਾਲ ਨੱਥੀ ਕਰਨਾ ਹੋਵੇਗਾ ਜੀ। ਕਾਸਟ, ਵਿੱਦਿਅਕ ਯੋਗਤਾ ਦਾ ਵੇਰਵਾ, ਪਾਸ ਪ੍ਰੀਖਿਆ ਦਾ ਵੇਰਵਾ, ਜੋ ਤੁਸੀਂ ਯੋਗਤਾ ਪਾਸ ਕੀਤੀ ਆ, ਕਿਸ ਬੋਰਡ ਤੋਂ ਤੁਸੀਂ ਪਾਸ ਕੀਤੀ ਆ, ਕਿੰਨੇ ਪ੍ਰਤੀ ਤੁਹਾਡੇ ਨੰਬਰ ਸੀ, ਉਹ ਸਾਰੀ ਡਿਟੇਲ ਤੁਸੀਂ ਇੱਥੇ ਮੈਨਸ਼ਨ ਕਰਨੀ ਹੋਵੇਗੀ ਜੀ। ਨੰਬਰ 10 ਜੀ, ਕਿ ਉਮੀਦਵਾਰ ਪੰਜਾਬੀ ਪੜ੍ਹ ਲਿਖ ਸਕਦਾ ਹੈ ਜਾਂ ਨਹੀਂ, ਉਹ ਤੁਸੀਂ ਇੱਥੇ ਲਿਖਣਾ ਹੋਵੇਗਾ ਜੀ। ਨੰਬਰ 11, ਕਿ ਉਮੀਦਵਾਰ ਕੋਲ ਐਕਸਪੀਰੀਅੰਸ ਹੈ ਜਾਂ ਨਹੀਂ, ਜੇਕਰ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਹਾਂ ਕਰ ਦੇਣਾ ਜੀ, ਨਹੀਂ ਤਾਂ ਤੁਸੀਂ ਨਾ ਕਰ ਦੇਣਾ ਜੀ। ਨੰਬਰ 12 ਜੀ, ਤਜਰਬਾ ਸਰਟੀਫਿਕੇਟਸ ਕਿਸੇ ਸਰਕਾਰੀ ਅਧਿਕਾਰੀ ਨੇ ਜਾਰੀ ਕੀਤਾ ਹੋਣਾ ਜ਼ਰੂਰੀ ਹੈ ਜੀ। ਜੇਕਰ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਡਾਕੂਮੈਂਟਸ ਹੈ, ਕਿਸੇ ਸਰਕਾਰੀ ਅਫਸਰ ਦੁਆਰਾ ਜਾਰੀ ਕੀਤਾ ਹੋਣਾ ਜ਼ਰੂਰੀ ਹੈ ਜੀ, ਉਹੀ ਮੰਨਿਆ ਜਾਵੇਗਾ। ਉਸ ਤੋਂ ਬਾਅਦ ਤੁਸੀਂ ਸੈਨ ਵਗੈਰਾ ਕਰਕੇ ਅਤੇ ਆਪਣਾ ਮੋਬਾਈਲ ਨੰਬਰ ਲਿਖ ਕੇ ਖੁਦ ਜਾ ਕੇ ਜਮ੍ਹਾਂ ਕਰਾਉਣਾ ਹੋਵੇਗਾ ਜੀ। ਨਗਰ ਨਿਗਮ ਮੋਗਾ ਵਿਖੇ ਬੇਲਦਾਰਾਂ ਦੀ ਰੈਗੂਲਰ ਭਰਤੀ ਲਈ ਸ਼ਰਤਾਂ ਦਾ ਵੇਰਵਾ ਕੁਛ ਇਸ ਪ੍ਰਕਾਰ ਹੈ ਜੀ। ਦੋਸਤੋ, ਜਿਸ ਐਡਰੈਸ 'ਤੇ ਤੁਸੀਂ ਪਹੁੰਚ ਕੇ ਡਾਕੂਮੈਂਟ ਜਮ੍ਹਾਂ ਕਰਾਉਣੇ ਨੇ ਜੀ, ਉਹ ਐਡਰੈਸ ਵੀ ਦੱਸਾਂਗਾ। ਕਿਰਪਾ ਕਰਕੇ ਵੀਡੀਓ 'ਤੇ ਬਣੇ ਰਹੋ। ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਦੋਸਤੋ, ਤੁਸੀਂ ਮੇਰਾ ਵਟਸਐਪ ਗਰੁੱਪ ਅਤੇ ਫੇਸਬੁੱਕ ਪੇਜ ਫੋਲੋ ਕਰ ਸਕਦੇ ਹੋ ਜੀ, ਜਿਹਦਾ ਲਿੰਕ ਮੈਨੇ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ। ਮੈਂ ਸਾਰੀ ਜਾਣਕਾਰੀ ਉੱਥੇ ਵੀ ਸ਼ੇਅਰ ਕਰਦਾ ਜੀ। ਦੋਸਤੋ, ਪੰਜਾਬ ਸਟੇਟ ਵਿੱਚ ਆਉਣ ਵਾਲੀ ਨਵੀਂ ਤੋਂ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਮੇਰੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਜੀ। ਸਭ ਤੋਂ ਪਹਿਲਾਂ ਉਮਰ ਸੀਮਾ, ਜੋ ਉਮਰ ਸੀਮਾ ਰੱਖੀ ਗਈ ਹੈ ਜੀ, 18 ਤੋਂ ਲੈ ਕੇ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ। ਅਨੁਸੂਚਿਤ ਜਾਤੀ ਪਛੜੀ ਸ਼੍ਰੇਣੀਆਂ ਵਾਸਤੇ 5 ਸਾਲ ਦੀ ਛੂਟ ਦਿੱਤੀ ਜਾਵੇਗੀ। ਰਾਜ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ 45 ਸਾਲ ਤੱਕ ਅਪਲਾਈ ਕਰ ਸਕਦੇ ਨੇ ਜੀ। ਜੋ ਸਾਬਕਾ ਫੌਜੀ ਨੇ ਜੀ, ਉਹਨਾਂ ਨੂੰ 3 ਸਾਲ ਦੀ ਛੂਟ ਦਿੱਤੀ ਜਾਵੇਗੀ। ਅੰਗਹੀਣ ਜੋ ਉਮੀਦਵਾਰ ਨੇ, ਉਹਨਾਂ ਨੂੰ 10 ਸਾਲ ਦੀ ਛੂਟ ਦਿੱਤੀ ਜਾਵੇਗੀ, ਇਹ ਅਪਲਾਈ ਕਰ ਸਕਣਗੇ। ਦੋਸਤੋ, ਪੋਸਟਾਂ ਗਰੁੱਪ ਡੀ ਦੀਆਂ ਹੋਣਗੀਆਂ। ਇਹਨਾਂ ਪੋਸਟਾਂ ਲਈ 8ਵੀਂ ਦੇ ਬੇਸ 'ਤੇ ਪੰਜਾਬੀ ਭਾਸ਼ਾ ਦਾ ਵਾਲਾ ਟੈਸਟ ਲਿਆ ਜਾਵੇਗਾ, ਜਿਹਦੇ ਵਿੱਚੋਂ 50 ਪ੍ਰਤੀਸ਼ਤ ਨੰਬਰ ਵਾਲਾ ਉਮੀਦਵਾਰ ਪਾਸ ਮੰਨਿਆ ਜਾਵੇਗਾ। ਟੋਟਲ ਪੋਸਟਾਂ ਨੇ ਜੀ 48 ਪੋਸਟਾਂ ਨੇ ਜੀ ਬੇਲਦਾਰ ਦੀਆਂ, ਇਹਨਾਂ ਦੀ ਪੰਜਾਬ ਦੇ ਉਮੀਦਵਾਰ ਅਪਲਾਈ ਕਰ ਸਕਣਗੇ। ਜਿਨ੍ਹਾਂ ਦੀ ਵੰਡ ਕੁਛ ਇਸ ਪ੍ਰਕਾਰ ਹੈ ਜੀ, ਇੱਥੇ ਤੁਸੀਂ ਦੇਖ ਸਕਦੇ ਹੋ ਜੀ, ਜੋ ਜਨਰਲ ਕੈਟਾਗਰੀ ਵਾਸਤੇ ਪੋਸਟ ਅਨਾਊਂਸਮੈਂਟ ਕੀਤੀਆਂ ਗਈਆਂ ਨੇ ਜੀ 12, ਜਿਹਦੇ ਵਿੱਚੋਂ 5 ਪੋਸਟਾਂ ਫੀਮੇਲ ਕੈਂਡੀਡੇਟਸ ਲਈ ਅਪਲਾਈ ਕੀਤੀਆਂ ਗਈਆਂ ਨੇ ਜੀ। ਟੋਟਲ 17 ਪੋਸਟਾਂ ਲਈ ਜਨਰਲ ਕੈਟਾਗਰੀ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ। SC, MB ਵਾਸਤੇ
ਚਾਰ ਪੋਸਟਾਂ ਅਨਾਊਂਸਮੈਂਟ ਕੀਤੀਆਂ ਗਈਆਂ ਨੇ ਜੀ, ਦੋ ਪੋਸਟਾਂ ਫੀਮੇਲ ਕੈਂਡੀਡੇਟਸ ਵਾਸਤੇ ਨੇ ਜੀ, ਟੋਟਲ 6 ਨੇ ਜੀ। ਆਰ ਐਂਡ ਓ ਵਾਸਤੇ 3 ਪੋਸਟਾਂ ਨੇ ਜੀ, ਦੋ ਪੋਸਟਾਂ ਫੀਮੇਲ ਕੈਂਡੀਡੇਟਸ ਦੀਆਂ ਨੇ, ਟੋਟਲ 5 ਪੋਸਟਾਂ ਨੇ ਜੀ। ਬੀਸੀ ਵਾਸਤੇ 3 ਪੋਸਟਾਂ ਅਨਾਊਂਸਮੈਂਟ ਕੀਤੀਆਂ ਗਈਆਂ ਨੇ ਜੀ, ਦੋ ਪੋਸਟਾਂ ਫੀਮੇਲ ਕੈਂਡੀਡੇਟਸ ਵਾਸਤੇ, ਟੋਟਲ 5 ਪੋਸਟਾਂ ਨੇ ਜੀ। ਐਕਸ ਸਰਵਿਸਮੈਨ ਵਾਸਤੇ 2 ਪੋਸਟਾਂ ਅਨਾਊਂਸਮੈਂਟ ਕੀਤੀਆਂ ਗਈਆਂ ਨੇ ਜੀ, ਟੋਟਲ 4 ਪੋਸਟਾਂ ਨੇ ਜੀ, ਦੋ ਪੋਸਟਾਂ ਫੀਮੇਲ ਕੈਂਡੀਡੇਟਸ ਵਾਸਤੇ ਨੇ ਜੀ। ਸਪੋਰਟਸ ਪਰਸਨ ਵਾਸਤੇ ਜਰਨਲ ਵਾਸਤੇ ਕੋਈ ਪੋਸਟ ਨਹੀਂ ਹੈ ਜੀ। ਐਸ ਸੀ ਮਜ਼੍ਹਬੀ ਸਿੱਖ ਵਾਸਤੇ 1 ਪੋਸਟ ਹੈ ਜੀ, ਟੋਟਲ 21 ਪੋਸਟ ਹੈ ਜੀ। ਫਿਜ਼ੀਕਲੀ ਜੋ ਹੈਂਡੀਕੈਪਟਸ ਨੇ ਜੀ, ਉਹਨਾਂ ਵਾਸਤੇ 2 ਪੋਸਟਾਂ ਅਨਾਊਂਸਮੈਂਟ ਕੀਤੀਆਂ ਗਈਆਂ ਨੇ, ਟੋਟਲ 2 ਪੋਸਟਾਂ ਲਈ ਉਹ ਅਪਲਾਈ ਕਰ ਸਕਣਗੇ। ਫਰੀਡਮ ਫਾਈਟਰ ਵਾਸਤੇ ਕੋਈ ਪੋਸਟ ਨਹੀਂ ਹੈ ਜੀ। EWS ਵਾਸਤੇ 3 ਪੋਸਟਾਂ ਨੇ ਜੀ, 2 ਪੋਸਟਾਂ ਫੀਮੇਲ ਕੈਂਡੀਡੇਟਸ ਨੇ ਜੀ, ਟੋਟਲ 5 ਨੇ ਜੀ। ਟੋਟਲ 32 ਨੇ ਜੀ, 16 ਪੋਸਟਾਂ ਫੀਮੇਲ ਕੈਂਡੀਡੇਟਸ ਨੇ ਜੀ। ਟੋਟਲ 48 ਪਲੱਸ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ। ਇਹਨਾਂ ਪੋਸਟਾਂ ਲਈ ਵਿੱਦਿਅਕ ਯੋਗਤਾ ਰੱਖੀ ਗਈ ਹੈ ਜੀ। ਜੇਕਰ ਤੁਸੀਂ 8ਵੀਂ ਪਾਸ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਜੇਕਰ ਪ੍ਰਾਰਥੀ ਨੇ 8ਵੀਂ ਕਲਾਸ ਪੰਜਾਬੀ ਭਾਸ਼ਾ ਨਾਲ ਪਾਸ ਨਹੀਂ ਕੀਤੀ, ਪ੍ਰਾਰਥੀ ਪੰਜਾਬੀ ਭਾਸ਼ਾ ਦਾ ਟੈਸਟ ਦੇਣ ਲਈ ਪਾਬੰਦ ਰਹੇਗਾ। ਉਸ ਟੈਸਟ ਵਿੱਚੋਂ ਘੱਟੋ ਘੱਟ 50% ਨੰਬਰ ਲੈਣੇ ਲਾਜ਼ਮੀ ਹੋਣਗੇ ਜੀ। ਐਕਸਪੀਰੀਅੰਸ ਦੇ ਆਧਾਰ 'ਤੇ ਅੰਕ, ਜੇਕਰ ਤੁਹਾਡੇ ਕੋਲ 1 ਤੋਂ ਲੈ ਕੇ 3 ਸਾਲ ਦਾ ਐਕਸਪੀਰੀਅੰਸ ਹੈ ਤਾਂ ਤੁਹਾਨੂੰ 5 ਅੰਕ ਦਿੱਤੇ ਜਾਣਗੇ। 3 ਤੋਂ ਲੈ ਕੇ 7 ਸਾਲ ਦਾ ਐਕਸਪੀਰੀਅੰਸ ਹੈ ਤਾਂ ਤੁਹਾਨੂੰ 10 ਅੰਕ ਦਿੱਤੇ ਜਾਣਗੇ ਜੀ। 7 ਤੋਂ ਲੈ ਕੇ 10 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਹਾਨੂੰ 15 ਅੰਕ ਦਿੱਤੇ ਜਾਣਗੇ ਜੀ। ਅਤੇ 10 ਸਾਲ ਤੋਂ ਜ਼ਿਆਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਹਾਨੂੰ 20 ਅੰਕ ਦਿੱਤੇ ਜਾਣਗੇ। ਇਸ਼ਤਿਹਾਰ ਦੀ ਮਿਤੀ ਤੱਕ ਜੋ ਉਮੀਦਵਾਰ ਬੈਤੌਰ ਬਿੱਲਦਾਰ ਪੰਜਾਬ ਦੀਆਂ ਨਗਰ ਨਿਗਮਾਂ ਵਿੱਚ ਕੰਮ ਕਰਦਾ ਹੈ ਜਾਂ ਹੋਵੇਗੀ, ਉਸ ਉਮੀਦਵਾਰ ਨੂੰ 5 ਅੰਕ ਵੱਖਰੇ ਦਿੱਤੇ ਜਾਣਗੇ। ਭਰਤੀ ਸੰਬੰਧੀ ਹੋਰ ਸ਼ਰਤਾਂ, ਉਮੀਦਵਾਰ ਪਾਸ ਪੰਜਾਬ ਦਾ ਪੱਕਾ ਵਸਨੀਕ ਹੋਣ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਜੀ। ਉਮੀਦਵਾਰ ਬੇਲਦਾਰ ਦਾ ਕੰਮ ਕਰ ਸਕਦਾ ਹੋਵੇ, ਜੋ ਉਮੀਦਵਾਰ ਉੱਪਰ ਦਰਜ ਸ਼ਰਤਾਂ ਪੂਰੀਆਂ ਕਰਦੇ ਹੋਣਗੇ ਉਹਨਾਂ ਉਮੀਦਵਾਰਾਂ ਨੂੰ ਯੋਗ ਮੰਨਿਆ ਜਾਵੇਗਾ। ਨੰਬਰ 4 ਜੀ, ਉਕਤ ਨੰਬਰਾਂ ਅਨੁਸਾਰ ਸਾਂਝੀ ਮੈਰਿਟ ਲਿਸਟ ਕੈਟਾਗਰੀ ਵਾਈਜ਼ ਮੈਰਿਟ ਲਿਸਟ ਵਿੱਚ ਸਮਾਨ ਨੰਬਰਾਂ ਵਾਲੇ ਉਮੀਦਵਾਰਾਂ ਵਿੱਚੋਂ ਉਮਰ ਦੇ ਹਿਸਾਬ ਨਾਲ ਵੱਡੀ ਉਮਰ ਦੇ ਉਮੀਦਵਾਰਾਂ ਨੂੰ ਮੈਰਿਟ ਵਿੱਚ ਉੱਪਰ ਰੱਖਿਆ ਜਾਵੇਗਾ। ਨੰਬਰ 5 ਜੀ, ਜੇਕਰ ਉਮੀਦਵਾਰ ਦੀ ਉਮਰ ਅਤੇ ਅੰਕ ਵਿੱਚ ਸਮਾਨਤਾ ਹੋਵੇਗੀ ਤਾਂ ਵੱਧ ਯੋਗਤਾ ਵਾਲੇ ਉਮੀਦਵਾਰ ਨੂੰ ਮੈਰਿਟ ਵਿੱਚ ਰੱਖਿਆ ਜਾਵੇਗਾ। ਨੰਬਰ 6 ਜੀ, ਕਿਸੇ ਵੀ ਹੋਰ ਵਿਧੀ ਰਾਹੀਂ ਦਿੱਤੀ ਜਾਣ ਵਾਲੀ ਅਰਜ਼ੀ 'ਤੇ ਗੌਰ ਨਹੀਂ ਕੀਤਾ ਜਾਵੇਗਾ। ਨੰਬਰ 7 ਜੀ, ਰਖਵਾਕਰਨ ਸ਼੍ਰੇਣੀ ਅਧੀਨ ਉਮੀਦਵਾਰਾਂ ਨੂੰ ਆਪਣਾ ਸ਼੍ਰੇਣੀ ਦਾ ਸਰਟੀਫਿਕੇਟ ਦਰਖਾਸਤ ਨਾਲ ਨੱਥੀ ਕਰਨਾ ਹੋਵੇਗਾ। ਸਰਟੀਫਿਕੇਟ ਦਰਖਾਸਤ ਨਾਲ ਨਾ ਨੱਥੀ ਕਰਨ ਦੀ ਸੂਰਤ ਵਿੱਚ ਅਰਜ਼ੀ ਨੂੰ ਅਯੋਗ ਸਮਝਿਆ ਜਾਵੇਗਾ। ਨੰਬਰ 8 ਜੀ, ਅਰਜ਼ੀ ਨਾਲ ਪ੍ਰਾਪਤ ਦਸਤਾਵੇਜ਼ ਨੂੰ ਅੰਤਮ ਸਮਝਿਆ ਜਾਵੇਗਾ। ਅਰਜ਼ੀ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ ਤੋਂ ਬਾਅਦ ਜੇਕਰ ਤੁਹਾਡੇ ਡਾਕੂਮੈਂਟਸ ਪਹੁੰਚਦੇ ਨੇ ਜੀ ਤਾਂ ਉਹ ਰਿਜੈਕਟ ਸਮਝੇ ਜਾਣਗੇ ਜੀ। ਨੰਬਰ 9 ਜੀ, ਅਰਜ਼ੀ ਦੇਣ ਵਾਲੇ ਨੂੰ ਹਲਫੀਆ ਬਿਆਨ ਦੇਣਾ ਪਵੇਗਾ ਕਿ ਉਸਨੂੰ ਕਦੇ ਵੀ ਕਿਸੇ ਵੀ ਮਾਨਯੋਗ ਅਦਾਲਤ ਵੱਲੋਂ ਫੌਜਦਾਰੀ ਕੇਸ ਵਿੱਚ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ। ਦੋਸਤੋ ਇਹ ਕੁਝ ਸ਼ਰਤਾਂ ਨੇ, ਇਹ ਤੁਹਾਨੂੰ ਧਿਆਨ ਰੱਖਣਾ ਹੋਵੇਗਾ ਜੀ। ਦੋਸਤੋ ਐਡਰੈਸ ਨੋਟ ਕਰ ਲਓ, ਜਿਸ ਐਡਰੈਸ 'ਤੇ ਤੁਸੀਂ ਆਪਣੇ ਡਾਕੂਮੈਂਟਸ ਜਾ ਕੇ ਜਮ੍ਹਾਂ ਕਰਾਉਣੇ ਨੇ ਜੀ। ਕਮਰਾ ਨੰਬਰ 8, ਦਫ਼ਤਰ ਨਗਰ ਨਿਗਮ ਨੇੜੇ ਸਨੀ ਟਾਵਰ ਕੋਟ ਰੋਡ ਮੋਗਾ ਦੇ ਐਡਰੈਸ 'ਤੇ ਪਹੁੰਚ ਕੇ ਤੁਸੀਂ ਡਾਕੂਮੈਂਟ ਜਮ੍ਹਾਂ ਕਰਾਉਣੇ ਹੋਣਗੇ ਜੀ। ਦੋਸਤੋ ਉਮੀਦ ਕਰਦਾ ਮੇਰੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ। ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ।